ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਬੱਚਾ ਜੀ ਉੱਠ ਜਾ ਆਓ ਉਸ ਦਾ ਨੋਵਾਂ ਬੰਦ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸ ਹਿੱਸੇ ਵਿੱਚ ਸਿੱਖੀ ਦੀ ਸੋਹਣੀ ਤਸਵੀਰ ਖਿੱਚੀ ਗਈ ਹੈ ਆਓ ਪਿਆਰ ਨਾਲ ਸਰਵਣ ਕਰੀਏ ਜੀ ਸਿੱਖੀ 10ਵੇਂ ਪਾਤਸ਼ਾਹ ਜੀ ਨੇ ਇੱਕ ਸਦੀਆਂ ਦੇ ਝਮੇਲੇ ਵਿੱਚੋਂ ਕੱਢ ਕੇ ਅਨੰਦਪੁਰ ਦੀਆਂ ਪਹਾੜੀਆਂ ਉੱਤੇ ਡੰਕੇ ਦੀ ਝੋਟ ਇੱਕ ਅੱਖ ਪਲ ਘਾਰੇ ਵਿੱਚ ਸਭ ਜਗਤ ਲਈ ਸਭ ਮਨੁੱਖ ਜਾਤੀ ਲਈ ਇੱਕ ਆਲਮਗੀਰ ਮਜ਼ਬ ਬਣਾ ਦਿੱਤਾ ਇੱਥੇ ਮਜ਼ਬ ਦੇ ਉਹ ਅਰਥ ਹਨ ਜੋ ਅਰਥ ਇਸ ਲੇਖ ਵਿੱਚ ਲੀਤੇ ਜਾ ਰਹੇ ਹਨ ਆਪਣਾ ਉਹ ਰੂਪ ਵਿਖਾ ਲਿਆ ਕਿ ਪੰਜ ਪਿਆਰੇ ਉਹ ਰੂਪ ਹੋ ਗਏ ਆਸ਼ਕਾਂ ਨੂੰ ਇਉਂ ਨਿਵਾਜਿਆ ਕਿ ਮਾਸ਼ੂਕ ਹੋ ਗਏ ਜਿਨ੍ਹਾਂ ਨੀਂ ਮਾਗਲ ਹੋਏ ਆਰਟਿਸਟਾਂ ਯਾਨੀ ਹੁਨਰ ਰਸਕਾਂ ਨੂੰ ਆਪੇ ਦੀ ਨਿੱਕੀ ਜੋ ਦਿਸਪਈ ਸੀ ਉਹਨਾਂ ਦੇ ਅੰਦਰ ਸੂਰਜਾਂ ਦੇ ਸੂਰਜ ਟਕ ਟਕ ਜਗਮਗ ਬਲਣ ਲੱਗ ਪਏ ਪਿਆਰ ਦਾ ਉਹ ਅਨੁਭਵ ਰੂਪ ਦੱਸਿਆ ਕਿ ਪਿਆਰ ਕਰਨਾ ਮਹਾ ਜੋਗਾ ਦਾ ਜੋਗ ਮਹਾ ਤਪਾਂ ਦਾ ਤਪ ਮਹਾ ਸਾਧਨਾ ਦੀ ਸਾਧਨਾ ਮਹਾ ਯੱਗਾ ਦਾ ਯੱਗ ਮਹਾ ਕਰਮਾ ਦਾ ਕਰਮ ਹੋ ਗਿਆ ਸ਼ਰਹ ਤੇ ਕਾਨੂੰਨਾ ਦੀਆਂ ਮਖਲੂਕ ਨੂੰ ਪਾਈਆਂ ਬੇੜੀਆਂ ਇੱਕ ਨਿਗਾਹ ਨਾਲ ਟੁਕੜੇ ਟੁਕੜੇ ਕਰ ਉਹ ਬੰਦੇ ਆਜ਼ਾਦ ਕਰ ਦਿੱਤੇ ਮਸਬ ਸਾਬਾਂ ਦੇ ਬੰਦੇ ਦੀ ਸਾਧਾਰਨ ਕਿਰਤ ਹੋ ਗਈ ਇੱਕ ਸਹਿਜ ਸੁਭਾ ਕੁਲ ਇਨਸਾਨ ਲਈ ਇੱਕ ਦਿਲ ਫੁੱਲ ਦੇ ਕੌਲ ਵਿੱਚ ਸ਼ਹਿਦ ਸ਼ਹਿਦ ਮਿੱਠੀ ਅਰਦਾਸ ਹੋ ਗਈ ਸਾਧਾਂ ਸੰਤਾਂ ਦੀ ਸੇਵਾ ਵਿੱਚ ਹੀਰਿਆਂ ਪੰਨਿਆਂ ਮੁਖ ਰਾਜਾਂ ਦੀਆਂ ਦਮਕਾਂ ਤੇ ਆਬਾਂ ਥੀ ਵੱਧ ਅਮੁੱਲ ਅੰਦਰ ਦੇ ਜੋਤੀ ਜਗ ਦੇ ਜੀਵਨ ਰਸ ਆਣ ਲੱਗ ਪਏ ਇੱਥੇ ਇੱਕ ਨਿਗਾਹੇ ਨਾਜ਼ ਨਾਲ ਮਾਇਆ ਧਾਰੀਆਂ ਦੇ ਪੰਜੇ ਵਿੱਚ ਫਸੇ ਨੀਚ ਨੀਵੇਂ ਤੇ ਨਿਮਾਣ ਵਿੱਚ ਰਹਿੰਦੇ ਬੰਦੇ ਲੋਕ ਰੱਬ ਦੀ ਲੋਕਾਈ ਰਾਜੇ ਤੇ ਰਾਣੀਆਂ ਥੀ ਵੱਧ ਉੱਚੇ ਤੇ ਪ੍ਰਭਾਵਸ਼ਾਲੀ ਹੋ ਗਏ ਪੰਜਾਬ ਸਾਰੇ ਨੂੰ ਉਹ ਨਸ਼ਾ ਆਇਆ ਕਿ ਹਾਲੇ ਤੱਕ ਉਹਨਾਂ ਦੇ ਸਿੱਖ ਅਖਵਾਉਣ ਵਾਲੇ ਜਾਨ ਦੇ ਦੇਣੀ ਇੱਕ ਤੁਛ ਨਾਚੀਜ਼ ਭੇਟਾ ਸਮਝਦੇ ਹਨ ਸਮਝਦੇ ਨਹੀਂ ਦੇ ਹੀ ਦਿੰਦੇ ਹਨ ਜਿਹੜੀ ਦੁਨੀਆ ਦੇ ਲੋਕ ਵੱਡੀ ਚੀਜ਼ ਸਮਝੀ ਬੈਠੇ ਹਨ ਉਹ ਉਹਨਾਂ ਲਈ ਅਜੇ ਵੀ ਉਸ ਆਲੀਸ਼ਾਨ ਚਮਕ ਦੀ ਯਾਦ ਵਿੱਚ ਸੁੱਟ ਪਾਣਾ ਇੱਕ ਨਾਚੀਜ਼ ਜਿਹੀ ਗੱਲ ਹੈ ਜਾਨ ਦੇ ਦੀ ਦੀ ਹੋਈ ਉਸੀ ਕੀ ਥੀ ਹਕ ਤੋ ਇਹ ਹੈ ਕਿ ਹਕ ਅਦਾ ਨਾ ਹੋਆ ਇਹ ਅੰਦਰ ਦਾ ਨਸ਼ਾ ਸਰੂਰ ਉਬਾਰ ਉਚਾਈ ਦਿਵਯਤਾ ਉਸ ਸੱਚੇ ਪਾਤਸ਼ਾਹ ਬਾਜਾਂ ਵਾਲੇ ਫੋਜਾਂ ਵਾਲੇ ਗੋਬਿੰਦ ਸਿੰਘ ਪਿਆਰਿਆ ਜਿਹਨੂੰ ਅਸੀਂ ਹਾਕਾ ਮਾਰ ਹੁਣ ਤੱਕ ਬੁਲਾਉਂਦੇ ਹਾਂ ਦੀ ਮਿਹਰ ਦੀ ਨਰੀ ਸਿਮਰਤੀ ਦਾ ਇੱਕ ਨਿੱਕਾ ਫਲ ਹੈ ਸਿੱਖੀ ਆਪ ਦੀ ਅਸੀਸ ਹੈ ਇਹ ਮਜ਼ਹਬ ਸਿੱਖੀ ਆਪ ਦੇ ਅਖੂਟ ਭੰਡਾਰ ਦੀ ਦਾਤ ਹੈ ਹਾਂਜੀ ਫਿਰ ਦੋ ਰਾਦਈ ਇਹ ਅੰਦਰ ਦਾ ਨਸ਼ਾ ਸਰੂਰ ਉਬਾਰ ਉਚਾਈ ਦਿਵਯਤਾ ਉਹ ਸੱਚੇ ਪਾਤਸ਼ਾਹ ਬਾਜਾਂ ਵਾਲੇ ਫੌਜਾਂ ਵਾਲੇ ਗੋਬਿੰਦ ਸਿੰਘ ਪਿਆਰਿਆ ਜਿਹਨੂੰ ਅਸੀਂ ਹਾਕਾ ਮਾਰ ਹੁਣ ਤੱਕ ਬੁਲਾਉਂਦੇ ਹਾਂ ਦੀ ਮਿਹਰ ਦੀ ਨਿਰੀ ਸਮ੍ਰਿਤੀ ਦਾ ਇੱਕ ਨਿੱਕਾ ਫਲ ਹੈ ਸਿੱਖੀ ਆਪ ਦੀ ਅਸੀਸ ਹੈ ਇਹ ਮਜ਼ਹਬ ਸਿੱਖੀ ਆਪ ਦੇ ਅਖੂਟ ਭੰਡਾਰ ਦੀ ਦਾਤ ਹੈ ਇਹ ਦਾਤੇ ਦੀ ਸੁੱਚੀ ਰੂਹ ਦੀ ਚਣੰਗ ਹੈ ਇਹ ਉਸ ਸਮੁੰਦਰਾਂ ਦੇ ਮਹਾਸਮੁੰਦਰ ਦਿਲ ਦੀ ਸਹਿਜ ਸੁਬਾਹ ਲਹਿਰ ਹਿਲ ਦਾ ਖਚੀਣ ਹੈ ਇਹ ਉਸ ਨਾਮੀਆਂ ਦੀ ਨਾਮ ਦੇ ਆਪੇ ਦੀ ਖੁਸ਼ਬੂ ਹੈ ਇਹ ਗੋਬਿੰਦ ਸਿੰਘ ਪਿਆਰ ਦੇ ਕਟਾਖੇ ਹਨ ਤੇ ਸਿੱਖੀ ਉਸ ਰੂਹ ਦੀ ਸਹਿਜ ਸੁਬਾਹ ਸੁੱਤੇ ਸਿਧਾਲਤ ਹੈ ਉਸ ਤਬੀਅਤ ਦੀ ਪਰਵਾਜ਼ ਹੈ ਉਸ ਦਾ ਮਨ ਓਨ ਮਨ ਵਿੱਚ ਟਿਕਾ ਹੈ ਜਿਸ ਨੂੰ ਕਲਗੀਆਂ ਵਾਲਾ ਪਿਆਰ ਕਰਦਾ ਹੈ ਜਿਨੂੰ ਸੱਚਾ ਪਾਤਸ਼ਾਹ ਆਪ ਆਪਣੀ ਹੱਥੀਂ ਸਵਾਰਦਾ ਹੈ ਬਖਸ਼ਦਾ ਹੈ ਬਚਾਉਂਦਾ ਹੈ ਅਪਨਾਉਂਦਾ ਹੈ ਕਥਾ ਪਹਿਨਾਉਂਦਾ ਹੈ ਹਾਂਜੀ ਜਿਸ ਦੇ ਮਾਇਆ ਵੀ ਸਰੀਰ ਵਿੱਚ ਉਹ ਆਪ ਟੁਰ ਆਉਂਦਾ ਹੈ ਨਿਤਿ ਅਵਤਾਰ ਹੁੰਦਾ ਹੈ ਸਿੱਖੀ ਉਹ ਅਵਸਥਾ ਹੈ ਜਿਹੜੀ ਉਹਦੇ ਨਾਮ ਦੀ ਮਿਹਰ ਨਾਲ ਖਾਲਸਾ ਹੋਈ ਉੱਚੇ ਹੋਏ ਦੁਨੀਆ ਅਤੀਤ ਦੀਨ ਅਗੈਤ ਲੋਕਾਂ ਤੇ ਟੁਕਦੀ ਹੈ ਇਹ ਕੋਈ ਹੱਥ ਜਪ ਸਮਾਧੀ ਨਹੀਂ ਇਹ ਕੋਈ ਨਰੀ ਦਿਮਾਗੀ ਯਾਨੀ ਸਾਈਕੋਲੋਜੀਕਲ ਏਰ ਫੇਰ ਏਠਾ ਉਤਾ ਹੋਣ ਦਾ ਪ੍ਰਣਾਮ ਨਹੀਂ ਇਹ ਕੋਈ ਦਿਮਾਗੀ ਯਾਨੀ ਸਾਈਕੋਲੋਜੀਕਲ ਤਬਦੀਲੀ ਦਾ ਅਰਥ ਨਹੀਂ ਇਹ ਤਾਂ ਉਸ ਪ੍ਰੀਤ ਸਰੂਰ ਦੀ ਅਖੰਡਤਾ ਅਮ੍ਰਿਤਾ ਲਗਾਤਾਰਤਾ ਹੈ ਜਿਹੜਾ ਸਰੂਰ ਰੱਬ ਨੇ ਆਪਣੇ ਪਿਆਲੇ ਵਿੱਚ ਪਾ ਕੇ ਬਾਬੇ ਗੁਰੂ ਨਾਨਕ ਜੀ ਨੂੰ ਕਿਹਾ ਸੀ ਪਿਓ ਤੇ ਪਿਆਓ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈਂ ਦੇ ਸਿੱਖੀ ਸੋਹਣਿਆਂ ਦੇ ਸੁਲਤਾਨ ਦਾ ਉਹ ਆਰਟ ਯਾਨੀ ਹੁਨਰ ਹੈ ਜਿਸ ਦੇ ਰੰਗ ਦੇਖ ਹੋਰ ਰੰਗ ਭੁੱਲ ਜਾਂਦੇ ਹਨ ਜਿਸ ਦੇ ਰਸ ਵਿੱਚ ਹੋਰ ਰਸ ਫਿੱਕੇ ਪੈ ਜਾਂਦੇ ਹਨ ਜਿਸ ਦੀ ਖਿੱਚ ਵਿੱਚ ਹੋਰ ਖਿੱਚਾਂ ਨਿਤਾਣੀਆਂ ਨਿਰਜਿੰਦ ਬੇਸਵਾਸੀਆਂ ਹੋ ਜਾਂਦੀਆਂ ਹਨ ਹਾਂਜੀ ਫਿਰ ਦੁਹਰਾ ਦਈਏ ਸਿੱਖੀ ਸੋਹਣਿਆਂ ਦੇ ਸੁਲਤਾਨ ਦਾ ਉਹ ਆਰਟ ਯਾਨੀ ਹੁਨਰ ਹੈ ਜਿਸ ਦੇ ਰੰਗ ਦੇਖ ਹੋਰ ਰੰਗ ਭੁੱਲ ਜਾਂਦੇ ਹਨ ਜਿਸ ਦੇ ਰਸ ਵਿੱਚ ਹੋਰ ਰਸ ਫਿੱਕੇ ਪੈ ਜਾਂਦੇ ਹਨ ਜਿਸ ਦੀ ਖਿੱਚ ਵਿੱਚ ਹੋਰ ਖਿਚਾਂ ਨਿਤਾਣੀਆਂ ਨਿਰਜਿੰਦ ਬੇਸਵਾਸੀਆਂ ਹੋ ਜਾਂਦੀਆਂ ਹਨ ਇਹ ਉਹ ਕਦਰ ਹੈ ਜਿਹੜੀ ਇੱਕ ਤੀਰ ਨਾਲ ਸਦੀਆਂ ਲਈ ਕਿਸੇ ਅਪੂਰਨ ਪਿਆਰ ਵਿੱਚ ਵਿੰਸੂੜਦੀ ਹੈ ਰਸ ਟਪੂਣ ਲੱਗ ਜਾਂਦਾ ਹੈ ਰਸ ਦੇ ਕਿਣਕੇ ਅੰਗ ਦੇ ਮਣਕੇ ਪ੍ਰਕਾਸ਼ ਦੀਆਂ ਡਲੀਆਂ ਰਸ ਦੀਆਂ ਬੂੰਦਾਂ ਖਾ-ਖਾ ਸੁਰਤ ਵਾਲੇ ਬੰਦੇ ਆਪੇ ਵਿੱਚ ਖੁਦ ਹੀਰੀਆਂ ਜਵਾਹਰਾਂ ਵਾਂਗ ਜੀਵਨ ਖੇਤਰ ਵਿੱਚ ਹੌਲੇ-ਹੌਲੇ ਤਿਆਰ ਹੁੰਦੇ ਹਨ ਕਦੀ-ਕਦੀ ਕੋਈ ਚਮਕ ਉੱਠਦਾ ਹੈ ਤੇ ਉਹਨਾਂ ਦੀਆਂ ਅਲੋਕਿਕ ਰਸ਼ਮੀਆਂ ਉਹਨਾਂ ਨੂੰ ਪ੍ਰਗਟ ਕਰ ਦਿੰਦੀਆਂ ਹਨ ਮਾਰਾ ਬਯਕ ਇਸ਼ਾਰਾਏ ਆਬਰੂ ਸ਼ਹੀਦ ਕਰ ਅਕਨੂ ਇਲਾਜ ਨੇ ਇਸ ਕੇ ਤੀਰ ਅਸਕਮਾਂ ਗੁਜ਼ਰਿ ਭਾਈ ਨੰਦ ਲਾਲ ਜੀ ਕੋਈ ਪੁੱਛੇ ਸਿੱਖੀ ਕੀ ਹੈ ਤੇ ਕਮਾਲ ਦਾ ਸਾਦਾ ਉੱਤਰ ਇਹ ਹੈ ਗੁਰੂ ਦਾ ਦਰਸ਼ਨ ਹਾਂਜੀ ਫਿਰ ਦੁਹਰਾ ਦੇਈ ਕੋਈ ਪੁੱਛੇ ਸਿੱਖੀ ਕੀ ਹੈ ਤੇ ਕਮਾਲ ਦਾ ਸਾਦਾ ਉੱਤਰ ਇਹ ਹੈ ਗੁਰੂ ਦਾ ਦਰਸ਼ਨ ਤਨਸੋ ਵੇਲਾ ਜੇ ਦਰਸ਼ਨ ਕਰਨਾ ਬਿਨਾਂ ਸਤਗੁਰੂ ਦੇ ਦੇਖੇ ਤੇ ਉਹਨਾਂ ਦੇ ਪਿਆਰ ਨੂਰ ਨੂੰ ਪੀਤੇ حیਵਾਨ ਇਨਸਾਨ ਵਿੱਚ ਰੱਬ ਲਈ ਪਿਆਰ ਨਹੀਂ ਜਾਗ ਸਕਦਾ जिस तरह सोहणब की आशकी आर्ट है इसी तरह इतने सतगुरु दुलारे दे अनूप रूप की आशकी लिखी है ये जीवन आर्ट है जेड़े मुरदे दिल जीवन कणी नाल छो के जगा देंदा है किसी फारसी शायर ने क्या है मजहबे अज़ हमा मजहबे ओ मिलत जुदास ਸੋ ਸਿੱਖੀ ਸਾਡਾ ਪਿਆਰ ਨਹੀਂ ਸਾਡੀ ਭਗਤੀ ਨਹੀਂ ਸਾਡਾ ਯਤਨ ਨਹੀਂ ਸਾਡੀ ਕੁਰਬਾਨੀ ਨਹੀਂ ਅਰਪਣਾ ਨਹੀਂ ਸਾਡੀ ਅਰਚਾ ਪੂਜਾ ਆਰਤੀ ਨਹੀਂ ਸੋਹਣਿਆਂ ਦੇ ਸੋਹਣੇ ਰਾਜ ਯੋਗਿਆਂ ਦੇ ਸੁਲਤਾਨ ਭਗਤਾਂ ਦੇ नाथ ਪਰ ਅਵਤੂਤ ਨੀਲੇ ਘੋੜੇ ਤੇ ਚੜ ਅਰਸ਼ਾਂ কুরਸ਼ਾਂ ਦੇ ਸੈਲਾਨੀ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਿਆਰ ਹੈ ਇਹ ਉਹਨਾਂ ਦੇ ਅਨੰਦਪੁਰ ਦੇ ਅਕਾਲੀ ਖਜ਼ਾਨੇ ਦਾ ਨਗੀਨਾ ਹੈ ਹਾਂਜੀ ਫਿਰ ਦौरा ਦਈਏ ਸੋ ਸਿੱਖੀ ਸਾਡਾ ਪਿਆਰ ਨਹੀਂ ਸਾਡੀ ਭਗਤੀ ਨਹੀਂ ਸਾਡਾ ਯਤਨ ਨਹੀਂ ਸਾਡੀ ਕੁਰਬਾਨੀ ਨਹੀਂ ਅਰਪਣਾ ਨਹੀਂ ਸਾਡੀ ਅਰਚਾ ਪੂਜਾ ਆਰਤੀ ਨਹੀਂ ਸੋਹਣਿਆਂ ਦੇ ਸੋਹਣੇ ਰਾਜ ਯੋਗੀਆਂ ਦੇ ਸੁਲਤਾਨ ਭਗਤਾਂ ਦੇ नाथ ਪਰ ਅਵਤੂਤ ਨੀਲੇ ਘੋੜੇ ਤੇ ਚੜ ਅਰਸ਼ਾਂ কুরਸ਼ਾਂ ਦੇ ਸੈਲਾਨੀ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਿਆਰ ਇਹ ਉਹਨਾਂ ਦੇ ਅਨੰਦਪੁਰ ਦੇ ਅਕਾਲੀ ਖਜ਼ਾਨੇ ਦਾ ਨਗੀਨਾ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ